ਪੈਨਸਲ ਸਪਿਨਰ ਸਮੱਗਰੀ ਰਬੜ ਲੱਗੀ ਹੋਈ ਪੈਨਸਲ ਤੀਲਾ ਜਾਂ ਰਿਫਿਲ ਪਿੰਨ ਰਬੜ ਦਾ ਟੁਕੜਾ ਕਾਰਡ ਦੇ ਬਣੇ ਆਇਤਾਕਾਰ ਤੇ ਗੋਲਾਕਾਰ ਪੱਖੇ ਕਟਰ ਇੱਕ ਰਬੜ ਲੱਗੀ ਹੋਈ ਪੈਨਸਲ ਲਓ ਅਤੇ ਕਟਰ ਦੀ ਸਹਾਇਤਾ ਨਾਲ ਇਸ ਉੱਪਰ 20 ਆਕਾਰ ਦੇ 5-6 ਕੱਟ ਲਗਾਓ ਇਸ ਲਈ ਕਟਰ ਨਾਲ ਦੋਨੇ ਪਾਸੇ ਦੀ ਕੱਟ ਲਗਾਓ ਇੱਕ ਛੋਟੇ ਰਬੜ ਦੇ ਟੁਕੜੇ ਵਿੱਚ ਇੱਕ ਪੇਪਰ ਪਿੰਨ ਲਗਾਓ ਅਤੇ ਇਸ ਨੂੰ ਕਾਰਡ ਦੇ ਆਇਤਾਕਾਰ ਪੱਖੇ ਵਿੱਚੋਂ ਲੰਘਾਓ ਇਸ ਪਿੰਨ ਨੂੰ ਪੈਨਸਲ ਦੇ ਪਿੱਛੇ ਲੱਗੀ ਰਬੜ ਵਿੱਚ ਫਸਾ ਦਿਓ ਹੁਣ ਜੇ ਤੁਸੀਂ ਇੱਕ ਤੀਲੇ ਨੂੰ 20 ਆਕਾਰ ਦੇ ਕੱਟਾਂ ਉੱਪਰ ਰਗੜੋ ਤਾਂ ਪੱਖਾ ਘੁੰਮਣ ਲੱਗ ਜਾਂਦਾ ਹੈ ਜੇ ਤੁਸੀਂ ਆਇਤਾਕਾਰ ਪੱਖੇ ਦੀ ਥਾਂ 7 ਰੰਗਾਂ ਵਾਲਾ ਗੋਲ ਪੱਖਾ ਲਗਾਓਗੇ ਤਾਂ ਨਿਊਟਨ ਡਿਸਕ ਵਾਂਗ ਇਸ ਦੇ 7 ਰੰਗਾਂ 'ਤੇ ਸਫੇਦ ਰੰਗ ਨਜ਼ਰ ਆਵੇਗਾ